अजीत वैब टीवी वेखण वाले समूह दर्शकों नूं प्यार भरी सत श्री अकाल दोस्तों, मैं हाँ जसान जान। अज असीं तरनतारण रोड अड्डा गोलवाड़ ते पहुंचे हाँ, जिथे कि दो सके भरावां ने आटा चक्की वंड वाली मशीन कोलू लाया है, जो कि आप हत्थी तैयार करके तेल खाले चौकर जो पशुआं लई बणाउंदे आ जां आटा पीते आ, उन्होंने बहुत वधिया किता अपनाया होया है। आओ उन्हां नाल गलबात करदे हां, उन्हां किता बारे जानदे हां कि वह इस काम तो संतुष्ट हन। बलविंदर सिंह जी, ताडा अजीत वैब टीम ते स्वागत है। बलविंदर सिंह जी, जिहड़ा तुसीं आ किता अपनाया वा, इह किन्हां दी बदौलत? ये साड़ी भैन जी ने जी, सरदारनी हरभजन कौर जी अमेरिका वाले, तो सरदार सुरिंदर सिंह जी, ये उन्होंने जी कारोबार है, उन्होंने राही उन्होंने बदौलती है सब कुछ चल रहा। ये किता कदों कदा अपनाया हो? तकरीबन 2.5 साल का समा हो गया जी, 2.5 साल तो यही काम कर रहे। की काम करती जी? इतने साढ़े को तेल का कोहलू है जी, स्पैलर आ, आटा चक्की आ, साढ़े को फीड का प्लांट लग्या होया, तो फीड का प्लांट काफ़ी वधिया चल रहा वा, साढ़े को काफ़ी रिस्पोंस वधिया है। तेल का जिहड़ा तुसीं काम कर रहे जी, ये सरों पंजाब चो आउंदी कि जां तुसीं बाहरों मंगाउंदे जी? सरों ऐतकी फसल पंजाब की भी आई हुई है जी, तो हुण राजस्थान की सरों आ रही है जी, काफ़ी वधिया। ते किन्नी क सरों जिहड़ी दिहाड़ी 'च कढ लैंदे जी? तकरीबन रोज़ का जी 2-3 क्विंटल तेल रोज़ का जी, परचून ही विकता पिया वा, जिहड़ा बाहर जाता पिया अमृतसर तरन तारण काफ़ी जाता पिया, वह वक्खरा वा। अजकल ਤੁਸੀਂ ਵੇਖ ਹੀ ਰਹੇ ਹੋ ਤੇਲਾਂ 'ਚ ਮਿਲਾਵਟ ਆ ਜਾਂ ਹੋਰ ਵੀ ਚੀਜ਼ਾਂ 'ਚ ਮਿਲਾਵਟ ਆ ਰਹੀ ਆ, ਤੁਸੀਂ ਇਹ ਬਾਰੇ ਕੀ ਕਹਿਣਾ ਚਾਹੋਗੇ? ਮਿਲਾਵਟ ਤਾਂ ਇੱਕ ਜ਼ਹਿਰ ਹੈ, ਇਹ ਸਰਕਾਰਾਂ ਨੂੰ ਵੀ ਕੋਈ ਸਖ਼ਤੀ ਕਰਨੀ ਚਾਹੀਦੀ ਆ, ਇਹਦੇ 'ਤੇ ਨਕੇਲ ਕੱਸਣੀ ਚਾਹੀਦੀ ਆ ਮਿਲਾਵਟ 'ਤੇ। ਅਸੀਂ ਤਾਂ ਚਾਹੁੰਦੇ ਹਾਂ ਵੀ ਸਾਫ਼ ਸੁਥਰਾ ਅਤੇ ਵਧੀਆ ਹੀ ਰਹੇ ਕੰਮ, ਕਿਉਂਕਿ ਤੁਹਾਨੂੰ ਵੀ ਪਤਾ ਵਾ ਵੀ ਮਿਲਾਵਟਾਂ ਕਿੰਨੇ ਨੁਕਸਾਨ ਹੋ ਰਹੇ ਆ ਅਤੇ ਸਿਹਤ ਨੂੰ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ ਇਹਦੇ ਨਾਲ, ਮਿਲਾਵਟ ਨਾਲ ਤਾਂ ਬਿਮਾਰੀਆਂ ਲੱਗ ਰਹੀਆਂ, ਅਤੇ ਸਰਕਾਰਾਂ ਨੂੰ ਇਹਦੇ ਧਿਆਨ ਦੇਣਾ ਚਾਹੀਦਾ। ਅੱਛਾ ਜੀ, ਤੁਸੀਂ ਖਾਲ ਵੀ ਆ ਵੰਡ ਵੀ ਡੰਗਰਾਂ ਦਾ ਤਿਆਰ ਕਰ ਰਹੇ ਜੇ, ਇਹ ਵੰਡ ਕਿੱਥੋਂ ਤੱਕ ਜਾਂਦਾ ਕਿ ਜਾਂ ਆਪਣੇ ਇਲਾਕੇ 'ਚ ਵੀ ਵੇਚਦੇ? ਨਹੀਂ ਜੀ, ਅੰਮ੍ਰਿਤਸਰ ਤਰਨ ਤਾਰਨ ਤਕਰੀਬਨ ਹੋਰ ਵੀ ਕਾਫੀ ਜਗ੍ਹਾ ਨਜ਼ਦੀਕ ਨਜ਼ਦੀਕ ਜਾਂਦਾ ਪਿਆ ਹੋਇਆ। ਅਤੇ ਆਟੇ ਦਾ ਕੰਮ ਕਿੱਦਾਂ ਤੁਹਾਡਾ ਜੀ? ਆਟੇ ਦਾ ਕੰਮ ਵੀ ਠੀਕ ਹੈ ਜੀ, ਕਾਫੀ ਵਧੀਆ ਚੱਲ ਰਿਹਾ, ਸਾਫ਼ ਸੁਥਰੀ ਕਣਕ ਲੈਂਦੇ ਹਾਂ ਜ਼ਿਮੀਦਾਰ ਭਰਾਵਾਂ ਦੇ ਘਰੋਂ, ਕਾਫੀ ਵਧੀਆ ਚੱਲ ਰਿਹਾ ਵਾ। ਤੁਸੀਂ ਇਹ ਕੰਮ ਤੋਂ ਸੰਤੁਸ਼ਟ ਜੀ? ਹਾਂਜੀ, ਮੈਂ ਗਾਹਕ ਸੰਤੁਸ਼ਟ ਹਾਂ ਅਤੇ ਮੈਂ ਵੀ ਸੰਤੁਸ਼ਟ ਹਾਂ। ਅੱਜ ਕੱਲ੍ਹ ਮੁੰਡਿਆਂ ਦੀ ਦੌੜ ਵਿਦੇਸ਼ਾਂ ਨੂੰ ਲੱਗੀ ਹੋਈ ਆ, ਤੁਹਾਡਾ ਨਹੀਂ ਜੀ ਕਰਦਾ ਵੀ ਇਹ ਕੰਮ ਛੱਡ ਕੇ ਜਾਂ ਬਾਹਰ ਦਾ ਟੂਰ ਲਾ ਜੀ? ਨਹੀਂ ਜੀ, ਮੈਂ ਤਕਰੀਬਨ ਪਹਿਲਾਂ 12 ਸਾਲ ਤੋਂ ਕੰਮ ਕਰਦਾ ਪਿਆ ਹਾਂ ਅਤੇ ਮੈਂ ਇੱਥੇ ਸੰਤੁਸ਼ਟ ਹਾਂ। ਹੁਣ ਤਕਰੀਬਨ 2-2.5 ਸਾਲ ਹੋ ਗਏ ਭੈਣ ਜੀ ਰਹਿਣਾ ਜੁੜੇ ਹੋਏ, ਅਤੇ ਕਾਫ਼ੀ ਵਧੀਆ ਰਿਸਪੋਂਸ ਆ, ਬਾਹਰ ਜਾ ਕੇ ਵੀ ਮੈਂ ਕੰਮ ਹੀ ਕਰਨਾ, ਇੱਥੇ ਵੀ ਵਧੀਆ ਰਿਸਪੋਂਸ ਆ, ਕਾਫ਼ੀ ਵਧੀਆ ਚੱਲ ਰਿਹਾ। ਅਤੇ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਨੌਜਵਾਨਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਜਿਹੜੇ ਆਪਣੇ ਕਿੱਤੇ ਨੇ ਇੱਥੇ ਰਹਿ ਕੇ ਕਾਰੋਬਾਰ ਕਰੋ ਜਾਂ ਕੁਛ, ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਵੀ ਕੁਛ ਜੇ ਬੱਚੇ ਪੜ੍ਹ ਲਿਖ ਜਾਂਦੇ ਨੇ ਜਾਂ ਕੋਈ ਵੀ ਉਹ ਕੰਮ ਕਰਦੇ ਨੇ ਤਾਂ ਕੋਈ ਸਰਕਾਰਾਂ ਯੋਗਦਾਨ ਨਹੀਂ ਦਿੰਦੀ, ਸਰਕਾਰਾਂ ਨੂੰ ਵੀ ਉਹਨਾਂ ਦਾ ਯੋਗਦਾਨ ਦੇ ਰਹੇ, ਤਾਂ ਵੀ ਬੱਚੇ ਇੱਥੇ ਕਾਰੋਬਾਰ ਕਰ ਸਕਦੇ ਨੇ। ਕਿਉਂਕਿ ਜਿੱਦਾਂ ਅਸੀਂ ਵੀ ਇੱਥੇ ਕੰਮ ਕਰ ਰਹੇ ਹਾਂ ਤਾਂ ਭੈਣ ਜੀ ਹਰਭਜਨ ਕੌਰ ਅਮੈਰੀਕਾ ਵਾਲਿਆਂ ਦੀ ਉਹਨਾਂ ਦੀ ਬਦੌਲਤ ਆ, ਉਹਨਾਂ ਨੇ ਇਹ ਉਪਰਾਲਾ ਕੀਤਾ ਤਦ ਕਰ ਰਹੇ ਹਾਂ। ਅਤੇ ਤੁਸੀਂ ਜਿਹੜਾ ਤੇਲ ਵੱਖ ਵੱਖ ਥਾਵਾਂ 'ਤੇ ਭੇਜ ਰਹੇ, ਆਪਣੇ ਮਾਰਕੀਟ ਭੇਜ ਰਹੇ, ਕਿਹੜੇ ਮਾਰਕੀਟ 'ਚ ਭੇਜ ਰਹੇ? ਹਾਂਜੀ, ਸਾਡਾ ਮਾਰਕਾ ਭਾਗਵੰਤੀ ਮਾਰਕਾ ਜੀ, ਰਜਿਸਟਰਡ ਮਾਰਕਾ ਸਾਡਾ ਜੀ, ਉਹਨਾਂ ਦੇ ਨਾਂ 'ਤੇ ਭਾਗਵੰਤੀ ਮਾਰਕਾ ਰਜਿਸਟਰਡ, ਉਹ 'ਤੇ ਨਾਂ 'ਤੇ ਭੇਜ ਰਹੇ ਹਾਂ। ਖਲ ਚੌਕਰ ਤੇਲ ਤੋਂ ਇਲਾਵਾ ਜਿੱਦਾਂ ਤੁਸੀਂ ਆਟੇ ਦਾ ਕੰਮ ਕਰਦੇ, ਹੋਰ ਕਿਹੜਾ ਕੰਮ ਕਰ ਰਹੇ? ਖਲ ਚੌਕਰ ਤੇਲ ਦਾ ਹੀ ਤਕਰੀਬਨ ਕੰਮ ਜੀ, ਸਾਡਾ ਗੁੜ ਦਾ ਵੀ ਕੰਮ ਆ, ਹੁਣ ਸਿਆਲ ਤੋਂ ਪਿੱਛੇ ਵੀ ਸਾਡਾ ਗੁੜ ਦਾ ਕੰਮ ਕਾਫੀ ਵਧੀਆ ਰਿਹਾ, ਹੁਣ ਅਸੀਂ ਸਿਆਲ 'ਚ ਫਿਰ ਐਤਕੀ ਗੁੜ ਦਾ ਕੰਮ ਚਾਲੂ ਕਰਾਂਗੇ। ਅਤੇ ਤੁਸੀਂ ਦੋਵੇਂ ਭਰਾ ਕੰਮ ਕਰਦੇ ਕਿ ਜਾਂ ਹੋਰ ਬੰਦੇ ਵੀ ਲੇਬਰ ਵੀ ਰੱਖੀ? ਨਹੀਂ ਜੀ, ਮੈਂ ਅਤੇ ਮੇਰਾ ਛੋਟਾ ਭਰਾ ਜਗਜੀਤ ਸਿੰਘ, ਇਹੀ ਕਿ ਮੇਰੇ ਨਾਲ ਕੰਮ ਕਰਦੇ ਪਏ ਨੇ, ਅਤੇ ਇਹਨਾਂ ਕੋਲ ਤੇਲ ਦਾ ਕੰਮ ਹੈ, ਇਹ ਤੇਲ ਦਾ ਕੰਮ ਦੇਖਦੇ ਪਏ ਨੇ ਅਤੇ ਕਾਫੀ ਵਧੀਆ ਚੱਲ ਰਿਹਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ।
ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।